ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੀਤ ਕੋਟਲੀ ਤੇ ਮੇਰੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਮੈਂ ਕਿਉਂਕਿ ਸਿੱਧਾ ਇਹ ਦੱਸਦਾ ਕਿ ਇੱਕੋ ਇੱਕ ਜਥੇਬੰਦੀ ਆ ਜਿਨ੍ਹਾਂ ਨੇ ਸ਼ਾਇਦ ਉਮਰ ਕੈਦ ਦੀ ਜਿਹੜੀ ਸਜ਼ਾ ਅੱਜ ਇਹਨਾਂ ਦੇ ਵਾਈਸ ਪ੍ਰਧਾਨ ਨੇ ਧਨੇਰ ਸਾਹਿਬ ਉਹ ਵੀ ਇਹਨਾਂ ਨੇ ਮਾਫ਼ ਕਰਾਈ ਆ ਬਹੁਤ ਵੱਡੇ ਕੋਲ ਪੰਜਾਬ ਦੇ ਵਿੱਚ ਇਹਨਾਂ ਨੇ ਲੜੇ ਆ ਤੇ ਅੱਜ ਜਿਹੜਾ ਹੈਗਾ ਪੂਰੇ ਜਿਹੜੇ ਭਾਰਤ ਦੇ ਕੋਲ ਦੇ ਵਿੱਚ ਇੱਕ ਉੱਭਰ ਕੇ ਸਾਹਮਣੇ ਆ ਰਹੀ ਜਥੇਬੰਦੀ ਦੇ ਸਰ ਤੁਹਾਡਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਰ ਇੱਕ ਤਾਂ ਜਿਹੜਾ ਹੈਗਾ ਕੱਲ ਦਾ ਬਾਰਿਸ਼ ਦੇ ਕਰਕੇ ਮੈਂ ਸੁਣਿਆ ਵੀ ਜਿਹੜਾ ਪੋਸਟਪੋਨ ਹੋ ਗਿਆ ਇਹ ਕਿੱਥੋਂ ਤੱਕ ਗੱਲ ਜਾਇਜ਼ ਆ ਵੀ ਜਿਹੜਾ ਕੱਲ ਦਾ ਜਿਹੜਾ 6 ਤਰੀਕ ਦਾ ਸੱਦਾ ਸੀਗਾ ਜਿਸ ਦੇ ਥਰੂ ਆਪਾਂ ਟਰੈਕਟਰ ਮਾਰਚ ਕਰਨਾ ਸੀਗਾ। ਦੇਖੋ ਬਾਰਿਸ਼ ਕੱਲ ਦਿਨ ਦੀ ਹੋ ਰਹੀ ਹੈ, ਸਾਰੀ ਰਾਤ ਹੋਈ ਹੈ ਤੇ ਸਾਰੇ ਲੋਕ ਪਰੇਸ਼ਾਨ ਆ ਜਿਹੜੇ ਧਰਨੇ ਦੇ ਵਿੱਚ ਬੈਠੇ ਆ ਤੇ ਕੱਲ ਨੂੰ ਬਾਰਿਸ਼ ਹੋਣ ਦੀ ਫਿਰ ਸੰਭਾਵਨਾ ਸੀ, ਨੈਟ ਦੇਖਿਆ ਕਿ ਕੱਲ ਨੂੰ ਬਾਰਿਸ਼ ਫਿਰ ਹੋਊਗੀ। ਦੇਖੋ ਇੰਨੀ ਪਰੇਸ਼ਾਨੀ ਦੇ ਵਿੱਚ ਮਤਲਬ ਮਾਰਚ ਕਰਨਾ ਅਸੀਂ ਜਾਇਜ਼ ਨਹੀਂ ਸਮਝਦੇ ਹਾਂ ਕਿਉਂਕਿ ਟਰੈਕਟਰ ਚਲਾਉਣਾ ਨਾਲ ਬੰਦੇ ਬੈਠਣੇ, ਇਸ ਕਰਕੇ ਅਸੀਂ ਇਹਨੂੰ ਬਦਲ ਕੇ 7 ਤਰੀਕ ਕਰ ਦਿੱਤੀ। 7 ਤਰੀਕ ਨੂੰ ਨੈਟ ਆ ਜਿਹੜਾ ਉਹ ਦੱਸ ਰਿਹਾ ਕਿ ਮੌਸਮ ਸਾਫ਼ ਹੈ ਕਿ ਜਦੋਂ ਅਸੀਂ ਟਰੈਕਟਰ ਚਲਾਵਾਂਗੇ ਤੇਜ਼ ਵੀ ਚੱਲਣਗੇ, ਹਵਾ ਵੀ ਤੇਜ਼ ਹੈ, ਠੰਡ ਵੀ ਹੈ, ਇਸ ਕਰਕੇ ਇਹ ਧਿਆਨ ਚ ਰੱਖਣੀਆਂ ਜ਼ਰੂਰੀ ਗੱਲਾਂ। ਸਰ ਜਿਹੜੀ 6 ਤਰੀਕ ਦੀ ਜਿਹੜੀ ਮੀਟਿੰਗ ਹੋਈ ਆ ਉਹ ਬੇਸਿੱਟ ਆ ਰਹੀ ਹੈ, 8 ਤਰੀਕ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਹੁਣ 3 ਕਾਨੂੰਨਾਂ ਤੇ ਸ਼ਾਇਦ ਨਹੀਂ ਚਰਚਾ ਹੋਣੀ, ਕੱਲੀ MSP ਤੇ ਚਰਚਾ ਹੋਣੀ ਹੈ, 3 ਕਾਨੂੰਨਾਂ ਤੇ ਵੀ ਚਰਚਾ ਹੋਊਗੀ? ਨਹੀਂ ਦੇਖੋ ਜਿਹੜੀ 8 ਤਰੀਕ ਦੀ ਮੀਟਿੰਗ ਹੈ ਦੋ ਮੁੱਦੇ ਰਹਿੰਦੇ ਆ, 3 ਕਾਨੂੰਨ ਪਲੱਸ MSP, ਦੋਨਾਂ ਮੁੱਦਿਆਂ ਤੇ ਹੀ ਚਰਚਾ ਹੋਣੀ। ਚਰਚਾ ਵੀ ਇਸ ਪ੍ਰਸੰਗ ਚ ਨਹੀਂ ਹੋਣੀ ਕਿ ਠੀਕ ਕਿਵੇਂ ਆ ਤੇ ਇਹਦੇ ਵਿੱਚ ਅਮੈਂਡਮੈਂਟ ਕੀ ਕਰਨੇ ਆ, ਇਹ ਬਿਲਕੁਲ ਅਸੀਂ ਸਹਿਮਤ ਨਹੀਂ ਹਾਂ ਇਹਦੇ ਨਾਲ। ਚਰਚਾ ਅਸੀਂ ਇਸ ਪੱਖ ਤੇ ਕਰਾਂਗੇ ਕਿ ਇਹਦਾ ਢੰਗ ਤਰੀਕਾ ਕੀ ਹੋ ਸਕਦਾ। ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਜਦੋਂ ਕੋਈ ਕਾਨੂੰਨ ਰੱਦ ਕਰਨਾ ਉਹਦਾ ਇੱਕ ਪ੍ਰੋਸੈਸ ਹੈ, ਜੇ ਕੋਈ ਕਾਨੂੰਨ ਨਵਾਂ ਬਣਾਉਣਾ ਉਹਦਾ ਵੀ ਇੱਕ ਪ੍ਰੋਸੈਸ ਹੈ। ਦੇਖੋ ਅਸੀਂ ਨਾ ਜਿਵੇਂ ਸਾਨੂੰ ਸਮਝਿਆ ਜਾ ਰਿਹਾ ਕਿ ਜੱਟ ਭੋਲੇ ਭਾਲੇ ਆ, ਉਹ ਜੱਟ ਨਹੀਂ ਹਾਂ ਅਸੀਂ। 40-40 ਸਾਲ ਦਾ ਤਜਰਬਾ ਹੈ ਸਾਡਾ, ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਸਟੇਟ ਸਰਕਾਰਾਂ ਜਾਂ ਕੇਂਦਰ ਸਰਕਾਰਾਂ ਕਿਵੇਂ ਬਿੱਲ ਲੈ ਕੇ ਆਉਂਦੀਆਂ, ਕਿਵੇਂ ਆਰਡੀਨੈਂਸ ਲੈ ਕੇ ਆਉਂਦੀਆਂ, ਕਿਵੇਂ ਕਾਨੂੰਨ ਪਾਸ ਹੁੰਦੇ ਹੈ, ਕਿਵੇਂ ਰਾਸ਼ਟਰਪਤੀ ਦੀ ਮੋਹਰ ਲੱਗਦੀ ਹੈ, ਬਿਲਕੁਲ ਸੁਰਸੀ ਸਾਫ਼ ਹੈ ਇਸ ਗੱਲ ਤੋਂ। ਇਸ ਕਰਕੇ ਹੀ ਮਤਲਬ ਜਿਹੜਾ ਇਹ ਅੰਦੋਲਨ ਹੈ ਨਾ ਐਡਾ ਲੰਬਾ ਚੱਲ ਗਿਆ। ਇਹ ਭੁਲੇਖਾ ਸੀਗਾ ਕੇਂਦਰ ਸਰਕਾਰ ਨੂੰ ਕਿ ਜੱਟ ਬੂਟ ਆ, ਇਹਨਾਂ ਨੂੰ ਕੀ ਪਤਾ ਕਾਨੂੰਨਾਂ ਦਾ, ਇਹਨਾਂ ਨੂੰ ਕੀ ਪਤਾ ਆਰਡੀਨੈਂਸ ਕੀ ਹੁੰਦੇ ਹੈ, ਇਹਨਾਂ ਨੂੰ ਕੀ ਪਤਾ ਮਤਲਬ ਬਿੱਲ ਕੀ ਹੁੰਦੇ ਹੈ, ਇਹਨਾਂ ਨੂੰ ਕੀ ਪਤਾ ਕਿ ਕਾਨੂੰਨ ਕਦੋਂ ਬਣ ਜਾਂਦਾ। ਇਹ ਭੁਲੇਖੇ ਅਸੀਂ ਤੋੜ ਤੇ ਆ ਜਿਹੜੇ 40 ਦਿਨ ਇੱਥੇ ਅਸੀਂ ਬੈਠੇ। ਬਿਲਕੁਲ, ਤੁਸੀਂ ਜਿਹੜੇ ਦੋਨੇ ਰਸਤੇ ਰੱਖੇ ਹੋਣੇ ਆ ਸੁਪਰੀਮ ਕੋਰਟ ਦਾ ਰਾਹ ਦੇ ਥਰੂ ਤੇ ਆਪਾਂ ਕਹਿੰਦੇ ਦੂਜਾ ਜਿਹੜਾ ਇਹਨਾਂ ਨੇ ਲੋਕ ਸਭਾ ਜਾਂ ਰਾਜ ਸਭਾ ਚ ਪੇਸ਼ ਕੀਤਾ। ਸਰ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਗੇ ਦੀ, ਹੁਣ 26 ਤਰੀਕ ਤੇ ਲਗਭਗ ਸਾਰੀਆਂ ਨਜ਼ਰਾਂ ਚਲੀਆਂ ਗਈਆਂ, 26 ਤਰੀਕ ਨੂੰ ਕੀ ਕਰਨ ਜਾ ਰਹੇ ਆ ਕਿਸਾਨ ਜਿਹਨੇ ਇਹੋ ਜਿਹਾ ਕਿ ਜਿਹੜਾ ਹੈ ਸਰਕਾਰ ਨੂੰ ਆਪਾਂ ਗੋਡਿਆਂ ਬਰਨੇ ਕਰ ਲਾਂਗੇ? ਦੇਖੋ ਭਾਰਤ ਦੇ ਇਤਿਹਾਸ ਦੇ ਵਿੱਚ 1947 ਤੋਂ ਬਾਅਦ ਦੋ ਦਿਨ ਅਜਿਹੇ, ਇੱਕ 15 ਅਗਸਤ 1947 ਜਿਸ ਦਿਨ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਸੀ, ਠੀਕ ਹੈ, ਤੇ ਭਾਰਤ ਨੂੰ ਕਹਿੰਦੇ ਆਜ਼ਾਦ ਹੋ ਗਿਆ, ਅਸੀਂ ਨਹੀਂ ਕਹਿੰਦੇ ਆਜ਼ਾਦ ਹੋ ਗਿਆ, ਇਹ ਲੋਕਾਂ ਦਾ ਵਿਚਾਰ ਹੈ ਕਿ ਆਜ਼ਾਦ ਹੋ ਗਿਆ, ਸਾਡੀ ਜਥੇਬੰਦੀ ਨਹੀਂ ਕਹਿੰਦੀ ਆਜ਼ਾਦ ਹੋ ਗਿਆ। ਦੂਸਰਾ ਦਿਨ ਹੈ 26 ਜਨਵਰੀ, ਜਿਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ। 26 ਜਨਵਰੀ ਵਾਲੇ ਦਿਨ ਦੇਖੋ ਕਦੇ ਵੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਕਿਸੇ ਵੀ ਸਰਕਾਰ ਨੇ ਸੱਦਾ ਨਹੀਂ ਦਿੱਤਾ ਕਿ 26 ਜਨਵਰੀ ਦਾ ਇਤਿਹਾਸਕ ਦਿਹਾੜਾ ਤੁਸੀਂ ਆਓ ਆਪਾਂ ਮਨਾਈਏ, ਠੀਕ ਹੈ। ਇਹ ਇੱਕ ਇਤਿਹਾਸਕ ਮੌਕਾ ਹੈ ਜਾਂ ਮਿਲ ਗਿਆ ਕਿ ਐਜੀਟੇਸ਼ਨ ਸ਼ੁਰੂ ਹੋਈ ਤੇ ਅਸੀਂ ਦਿੱਲੀ ਦੇ ਵਿੱਚ ਆ ਕੇ ਬੈਠ ਗਏ, ਠੀਕ ਹੈ। ਹੁਣ 26 ਜਨਵਰੀ ਨੂੰ ਹੋਣਾ ਕੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨੇ ਬੋਲਣਾ ਹੈ, ਲਾਲ ਕਿਲੇ ਤੇ ਸਪੀਚ ਕਰਨੀ ਹੈ ਤੇ ਵਿਦੇਸ਼ਾਂ ਦੇ ਵਿੱਚੋਂ ਮਹਿਮਾਨ ਆਊਗੇ, ਪ੍ਰਾਹੁਣਚਾਰੀ ਹੋਵੇਗੀ, ਠੀਕ ਹੈ ਨਾ, ਤੇ ਉੱਥੇ ਸਪੀਚ ਇਹ ਹੋਊਗੀ ਕਿ ਜਿਹੜਾ ਭਾਰਤ ਦੇ ਕੋਲੇ ਫੌਜੀ ਸ਼ਕਤੀ ਹੈ ਕਿੱਡੀ ਵੱਡੀ ਹੈ, ਪਰਮਾਣੂ ਸ਼ਕਤੀ ਕਿੱਡੀ ਵੱਡੀ ਹੈ, ਭਾਰਤ ਹਰ ਦੇਸ਼ ਕੋ ਹਰਾ ਸਕਦਾ ਹੈ, ਤੇ ਜਿਹੜਾ ਭਾਰਤ ਦਾ ਮਤਲਬ ਹੈਗਾ, ਭਾਰਤ ਕਿੰਨਾ ਮਤਲਬ ਖੁਸ਼ਹਾਲ ਹੈ, ਇੱਥੋਂ ਦੇ ਕਿਸਾਨ ਕਿੰਨੇ ਖੁਸ਼ਹਾਲ ਹੈ, ਇਹ ਸਪੀਚਾਂ ਹੋਣਗੀਆਂ, ਠੀਕ ਹੈ ਨਾ। ਤੇ ਸਾਨੂੰ ਨਹੀਂ ਸੱਦਾ ਦਿੱਤਾ ਮੋਦੀ ਸਰਕਾਰ ਨੇ, ਅਸੀਂ ਦਿੱਲੀ ਦੇ ਵਿੱਚ ਬੈਠੇ ਹਾਂ, ਅਸੀਂ ਪਰੇਡ ਦੇ ਵਿੱਚ ਜਾਵਾਂਗੇ, ਸਾਡਾ ਜਮਹੂਰੀ ਹੱਕ ਹੈ ਕਿ ਅਸੀਂ ਵੀ ਪਰੇਡ ਦੇ ਵਿੱਚ ਸ਼ਾਮਲ ਹੋਈਏ, ਅਸੀਂ ਵੀ ਲਾਲ ਕਿਲੇ ਤੋਂ ਸਪੀਚਾਂ ਸੁਣੀਏ। ਅਗਰ ਜਦੋਂ ਅਜਿਹੀਆਂ ਸਪੀਚਾਂ ਹੋਣਗੀਆਂ
कि भारत किन्ना खुशहाल है, भारत का किसान किन्ना खुशहाल है। असी कहांगे भारत का हर अद्धे घंटे बाद एक किसान या मजदूर करजे का सताया होया खुदकशी कर रहा, ते भारत का किसान डेढ़ महीने तो लैके दिल्ली के बॉर्डर ते बैठा है, उन्हां दी गल नहीं सुनी जा रही। एक कैसी जमहूरियत है, पूरा जिहड़ा इन्हां दा पर्दा ना लीरो लीर करांगे 26 जनवरी वाले दिन। भारत के इतिहास दे विच नवां इतिहास सिरजिया जाऊगा। की कहणगे, लाल किला यह समझदा कि जिवें पंजाब दे लोग समझदे ना कि हमारी पग है, यह लाल किले नूं आपदी पग समझदे। तुसीं पार्लीमेंट दा घराओ कर सकते, विधानसभा दा घराओ कर सकते हो। अगर जे तुसीं लाल किले वल करोगे ਤਾਂ ਸਿੱਧੀਆਂ ਗੋਲੀਆਂ ਦਾਗਣਗੇ, ਭਾਰਤੀ ਫੌਜ ਲਾਉਣਗੇ, ਸਿੱਧੀਆਂ ਗੋਲੀਆਂ ਦਾਗਣਗੇ। ਹਮ ਫੈਸਲਾ ਕਰ ਲਿਆ, ਜੋ ਕਰਨਾ ਕਰੇ। ਬਿਲਕੁਲ, ਉਹਦਾ ਇੱਕ ਟ੍ਰਾਇਲ ਜਿਹੜਾ ਹੈਗਾ ਹੁਣ ਜਿਹੜਾ ਜੈਪੁਰ ਦਿੱਲੀ ਬਾਰਡਰ ਤੇ ਦਿਖਾ ਵੀ ਦਿੱਤਾ ਸਰਕਾਰ ਨੇ, ਜਿਹੜੇ ਉੱਥੇ ਦੋ ਤਿੰਨ ਚੀਜ਼ਾਂ ਸਾਹਮਣੇ ਆਈਆਂ। ਇੱਕ ਤਾਂ ਉਹਨੇ ਐਕਸਪਾਇਰੀ ਡੇਟ ਵਾਲੇ ਗੋਲੇ ਦਾਗੇ, ਦੂਜਾ ਜਨੇਵਾ ਕਨਵੈਨਸ਼ਨ ਦੇ ਵਿੱਚ ਭਾਰਤ ਸਰਕਾਰ ਦੇ ਹਸਤਾਖਰ ਆ, ਯੂਐਨ ਦੇ ਵਿੱਚ ਮਾਮਲਾ ਬਣਦਾ ਹੈ ਕਿ ਜਿਹੜਾ ਹੈਗਾ ਕੈਮੀਕਲ ਵੈਪਨ ਹੈ ਉਹ ਵਰਤੇ ਨਹੀਂ ਜਾ ਸਕਦੇ, ਅਥਰੂ ਗੈਸ ਦੇ ਗੋਲੇ ਆ ਜਾਂ ਆਪਾਂ ਕਹੀਏ ਜੰਗ ਦੇ ਵੀ ਰੂਲ ਹੁੰਦੇ ਆ, ਉਹ ਇਹਨਾਂ ਨੇ ਕਰਤੇ। ਮਤਲਬ ਕਿ ਤੁਸੀਂ ਜਿਹੜਾ ਗੋਲੀਆਂ ਖਾਣ ਵਾਸਤੇ ਕਿਸਾਨ ਤਿਆਰ ਨੇ, ਜੇ ਤੁਹਾਨੂੰ ਰੋਕਿਆ ਜਾਊਗਾ ਤੁਸੀਂ ਨਹੀਂ ਰੁਕਣ ਵਾਲੇ 26 ਤਰੀਕ ਨੂੰ। ਦੇਖੋ, ਅਸੀਂ ਭੁੱਖੇ ਨਹੀਂ ਮਰਨਾ, ਜ਼ਮੀਨਾਂ ਨਹੀਂ ਛੱਡਣੀਆਂ, ਖੇਤੀ ਨਹੀਂ ਛੱਡਣੀ, ਗੋਲੀਆਂ ਵੱਜਦੀਆਂ ਹੱਕਾਂ ਚ ਵੱਜਣ 100 ਵਾਰੀ ਵੱਜਣ, ਇਹ ਫੈਸਲਾ ਕੀਤਾ। ਠੀਕ ਆ, ਤੇ ਦੂਜੀ ਗੱਲ ਇਹ ਆ ਵੀ ਬਹੁਤ ਵੱਡਾ ਅੰਦੋਲਨ ਆ, ਜਦ ਕਿ ਇੱਥੇ ਕਹਿੰਗੇ ਇੱਥੇ ਇਹੋ ਜਿਹੇ ਛੱਤੀਸਗੜ੍ਹ ਬਿਹਾਰ ਵਰਗੇ ਜਾਂ ਆਪਾਂ ਕਹਿੰਗੇ ਇਹੋ ਜਿਹੇ ਆਦਿਵਾਸੀ ਲੋਕ ਬੈਠੇ ਆ, ਜਿਨ੍ਹਾਂ ਦੇ ਵਿੱਚ ਆਪਾਂ ਕਹਿੰਦੇ 7 ਦਿਨਾਂ ਦੇ ਵਿੱਚ ਇੱਕ ਦਿਨ ਬੈਂਕ ਖੁੱਲਦੀ ਹੈ, ਜਾਂ ਆਪਾਂ ਕਹਿੰਗੇ ਉਹਨਾਂ ਤੱਕ ਕਿਸਾਨ ਜਿਹੜੇ ਹੈਗੇ ਪਹੁੰਚ ਨਹੀਂ ਕਰ ਸਕਦੇ। ਠੀਕ ਆ, ਕਿਉਂਕਿ ਉੱਥੇ ਜਿਹੜਾ ਹੈਗਾ RSS ਦੇ ਸੰਗਠਨਾਂ ਜਿਵੇਂ ਪਿੰਡਾਂ ਦੇ ਵਿੱਚ ਵੋਟਾਂ ਮੰਗੀਆਂ ਜਾਂਦੀਆਂ, ਉਸ ਤਰ੍ਹਾਂ ਜਿਹੜਾ RSS ਹੈ ਆਪਾਂ ਕਹਿੰਦੇ ਜਾਂ BJP ਦਾ ਕਾਰਪੋਰੇਟ ਦਾ ਜੋ ਵੀ ਉਹਨਾਂ ਦਾ ਪਰਜਾਤੰਤਰ ਹੈ, ਉਹ ਉਹਨਾਂ ਨੂੰ ਕਹਿ ਰਿਹਾ ਕਿ ਦੇਖੋ ਇਹ ਪੰਜਾਬ ਤੇ ਹਰਿਆਣੇ ਦੇ ਕਿਸਾਨ ਆ, ਇਹਨਾਂ ਕੋਲ ਫੋਰਚੂਨਰ ਗੱਡੀਆਂ ਖੁਸ਼ਹਾਲ ਬੜੇ ਆ, ਤੇ ਹੁਣ ਜਿਹੜਾ ਅਸੀਂ ਉਹਨਾਂ ਦੀ ਇਨਕਮ ਤੇ ਕੱਟ ਲਾ ਕੇ ਤੁਹਾਨੂੰ ਉੱਪਰ ਲੈ ਕੇ ਆਉਣਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਵੀ ਗਰੀਬ ਸੀਗੇ। ਇਹੋ ਜਿਹੀਆਂ ਚੀਜ਼ਾਂ ਦਾ ਮੁਕਾਬਲਾ ਆਉਣ ਵਾਲੇ ਟਾਈਮਾਂ ਦੇ ਵਿੱਚ ਤੁਸੀਂ ਕੋਈ ਪਲੈਨਿੰਗ ਕੀਤੀ ਹੈ, ਜਾਂ ਇੱਥੇ ਸੰਘਰਸ਼ ਦੇ ਥਰੂ ਹੀ ਆਪਾਂ ਇਹ ਮੈਸੇਜ ਦੇਵਾਂਗੇ ਉਹਨਾਂ ਲੋਕਾਂ ਨੂੰ? ਦੇਖੋ, ਜਿਹੜੀ ਇਹ ਗੱਲ ਆ ਨਾ ਛੱਤੀਸਗੜ੍ਹ ਦੇ ਕਿਸਾਨਾਂ ਦੀ ਜਾਂ ਹੋਰ ਵੀ ਕੰਟਰੀਆਂ ਹੈਗੀਆਂ ਜਿਹੜੀਆਂ ਆਦਿਵਾਸੀ ਲੋਕ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਬਿਜਲੀ ਕੀ ਹੁੰਦੀ ਹੈ, ਉਹਨਾਂ ਨੂੰ ਇਹ ਨਹੀਂ ਪਤਾ ਸਕੂਲ ਕੀ ਹੁੰਦੇ ਆ। ਜੇ ਕੋਈ ਅਪਰਾਧ ਹੋ ਜਾਂਦਾ ਹੈ ਉਹਨਾਂ ਨੂੰ 40-40 ਕਿਲੋਮੀਟਰ ਤੁਰ ਕੇ ਥਾਣਿਆਂ ਦੇ ਵਿੱਚ ਜਾਣਾ ਪੈਂਦਾ, ਉਹਨਾਂ ਨੂੰ ਇਹ ਨਹੀਂ ਪਤਾ ਹਰਾ ਇਨਕਲਾਬ ਕੀ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ ਸੜਕਾਂ ਕੀ ਹੁੰਦੀਆਂ, ਉਹਨਾਂ ਨੂੰ ਇਹ ਨਹੀਂ ਪਤਾ ਹਸਪਤਾਲ ਕੀ ਹੁੰਦੇ ਆ। ਤੇ ਇਹੀ ਤਾਂ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿ ਜਦੋਂ ਲਾਲ ਕਿਲੇ ਤੋਂ ਸਪੀਚਾਂ ਹੋਣਗੀਆਂ ਕਿ ਭਾਰਤ ਇੱਕ ਮਹਾਨ ਦੇਸ਼ ਹੈ, ਉਹਦੇ ਵਿੱਚ ਪੰਜਾਬ ਆਜੂਗਾ, ਉਹਦੇ ਵਿੱਚ ਹਰਿਆਣਾ ਆਜੂਗਾ, ਉਹਦੇ ਵਿੱਚ UP ਆਜੂਗੀ, ਉਹਨਾਂ ਲੋਕਾਂ ਦੀ ਬਾਤ ਕੌਣ ਕਰੂਗਾ? ਉਹ ਹਮ ਕਰੇਂਗੇ। ਕਿ ਹਾਲਾਤ ਕੀ ਆ ਲੋਕਾਂ ਦੇ, 25 ਕਰੋੜ ਲੋਕ ਢਿੱਡੋਂ ਭੁੱਖੇ ਪੈਂਦੇ ਆ, ਜਿਨ੍ਹਾਂ ਦੀ ਸਮਰੱਥਾ ਨਹੀਂ ਆ 2 ਰੁਪਏ ਕਿਲੋ ਅਨਾਜ ਲੈਣ ਦੀ, ਤੇ ਇੱਥੇ ਕਹਿੰਦੇ ਅਨਾਜ ਸੜ ਗਿਆ, ਅਨਾਜ ਵਾਧੂ ਪੈਦਾ ਹੋ ਗਿਆ, ਤੇ ਹੁਣ ਇਹਨਾਂ ਨੂੰ ਕੰਪਨੀਆਂ ਨੂੰ ਸੌਂਪ ਦਿਓ ਖੇਤੀ। ਇਹੀ ਤਾਂ ਅਸੀਂ ਗੱਲ ਕਰਦੇ ਹਾਂ ਕਿ 26 ਜਨਵਰੀ ਨੂੰ ਇੱਕ ਅਜਿਹਾ ਮੈਚ ਹੋਊਗਾ ਕਿ ਜਿਹੜਾ ਭਾਰਤ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਦੇਖਿਆ ਆਪਣਾ ਲੋਕਾਂ। ਇਹ ਤਾਂ ਆਦਿਵਾਸੀ, ਇਹਦੀ ਜੇ ਦੂਜੀ ਸਾਈਡ ਦੇਖੀਏ ਤਾਂ ਜਿਹੜਾ ਕਾਰਪੋਰੇਟ ਮੀਡੀਆ ਤੁਹਾਡੇ ਤੇ ਲਗਾਤਾਰ ਅਟੈਕ ਕਰ ਰਿਹਾ ਜਾ ਰਿਹਾ, ਇੱਥੇ ਪ੍ਰਾਈਮ ਟਾਈਮ ਦੇ ਵਿੱਚ ਖਾਸ ਕਰਕੇ ਮੈਂ ਜੀ ਨਿਊਜ਼ ਦੀ ਗੱਲ ਕਰਾਂ, ਉਹਨਾਂ ਦੀ 6 ਮਿੰਟ ਦੀ ਕਲਿੱਪ ਸ਼ਾਇਦ ਤੁਸੀਂ ਦੇਖੀ ਹੋਣੀ ਆ, ਉਹ ਕਹਿ ਰਿਹਾ ਵੀ ਕਿਸਾਨ ਹਨੀਮੂਨ ਮਨਾ ਰਹੇ ਆ, ਕਿਸਾਨ ਪਿਕਨਿਕ ਮਨਾ ਰਹੇ, AC ਲਾਏ ਹੋਏ ਆ ਉਹਨਾਂ ਨੇ, ਤੇ ਉਹ ਜਿਹੜਾ ਹੈਗਾ ਤੁਹਾਨੂੰ ਇੱਕ ਤਰ੍ਹਾਂ ਦਾ ਬੜਾ ਆਪਾਂ ਕਹੀਏ ਇਮੇਜ ਡੈਮੇਜ ਕਰਨ ਵਾਸਤੇ ਉਹ ਲਗਾਤਾਰ ਲੱਗੇ ਹੋਏ ਆ। ਕਾਰਪੋਰੇਟ ਮੀਡੀਆ ਹੋਰ ਵੀ ਬਥੇਰੇ ਚੈਨਲ ਕਹਿ ਸਕਦੇ ਆ, ਪਰ ਚਲੋ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ, ਪਰ ਇਹਨਾਂ ਦਾ ਜਿਹੜਾ ਮੁਕਾਬਲਾ ਇਹੋ ਜਿਹੇ ਮੀਡੀਆ ਦਾ ਤੁਸੀਂ ਕਿਸ ਤਰ੍ਹਾਂ ਕਰੋਗੇ, ਕਿਉਂਕਿ ਉਹਨਾਂ ਕੋਲੇ ਹਰ ਘਰ ਦੇ ਵਿੱਚ ਪਹੁੰਚ ਆ ਉਹਨਾਂ ਦੀ? ਦੇਖੋ, ਜਿਹੜਾ ਇਹ ਮੋਦੀ ਕਾਊ ਮਾਲ ਹੈ, ਜਿਨ੍ਹਾਂ ਨੇ ਮੋਦੀ ਮੋਦੀ ਕਰਕੇ ਮੋਦੀ ਸਰਕਾਰ ਬਣਾਈ ਹੈ, ਮੁਫ਼ਤ ਨਹੀਂ ਕੀਤਾ ਉਹਨਾਂ ਨੇ, ਅੰਡਾਨੀ ਔਰ ਅੰਬਾਨੀ ਨੇ ਉਹਨਾਂ ਨੂੰ ਪੈਸੇ ਝੋਕੇ ਹੈ ਮੋਦੀ ਮੀਡੀਆ ਨੂੰ ਕਿ ਜਿੰਨੇ ਰੁਪਏ ਲੈਣੇ ਲੈ ਲਓ, ਪਰ ਮੋਦੀ ਮੋਦੀ ਕਰਕੇ ਮੋਦੀ ਦੀ ਸਰਕਾਰ ਬਣਾ ਦਿੱਤੀ। 60 ਲਾਸ਼ਾਂ ਆਪਣੇ ਹੱਥੀਂ ਤੋਰਤੀਆਂ ਪੰਜਾਬ, ਉਹਨਾਂ ਦਾ ਦਰਦ ਆ ਛੱਡਦੇ, ਇਹ ਕੀ ਜਾਣੂਗਾ ਮੋਦੀ ਮੀਡੀਆ? ਨਹੀਂ, ਬਿਲਕੁਲ, ਅਸੀਂ ਤੁਹਾਡਾ ਸਰ ਦਰਦ ਸਮਝਦੇ ਹਾਂ, ਪਰ ਜਿਹੜਾ ਹੈਗਾ ਕੁਐਸਚਨ ਬਣਦੇ ਆ, ਕਿਉਂਕਿ ਉਹ ਜੋ ਵੀ ਚੀਜ਼ਾਂ ਦਿਖਾ ਰਹੇ ਆ। ਪਰ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਲੋਕਾਂ ਦੇ ਮਨ ਦੇ ਵਿੱਚ ਇੱਕ ਆਖਰੀ ਸਵਾਲ ਆ ਮੇਰਾ ਵੀ, ਕਿ ਹਰ ਇੱਕ ਬੰਦਾ ਜਾਣਨਾ ਚਾਹੁੰਦਾ ਇਸ ਘੋਲ ਦਾ ਪੀਕ ਪੁਆਇੰਟ ਕੀ ਹੋਊਗਾ? ਦੇਖੋ, ਬਿਲਕੁਲ ਸਪਸ਼ਟ ਹੈ
ਕਿੰਨੇ ਕਾਨੂੰਨ ਰੱਦ ਹੋਣਗੇ। ਐਮ ਐਸ ਪੀ ਵਾਲਾ ਨਵਾਂ ਲੀਗਲ ਕਾਨੂੰਨ ਬਣੂਗਾ ਤੇ ਇਸ ਇਹ ਤੋਂ ਪਿੱਛੇ ਅਸੀਂ ਬਿਲਕੁਲ ਨਹੀਂ ਹਟਣ ਵਾਲੇ। ਪਹਿਲਾਂ ਵੀ ਫੈਸਲਾ ਸੁਣਾਤਾ, ਹੁਣ ਵੀ ਸੁਣਾਉਂਦੇ ਹਾਂ। ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਹਾਰ ਤਿਆਰ ਕਰਕੇ ਰੱਖੋ, ਜਾਂ ਤਾਂ ਤਿੰਨੇ ਕਾਨੂੰਨ ਰੱਦ ਹੋਣਗੇ, ਨਵਾਂ ਕਾਨੂੰਨ ਬਣੂਗਾ, ਸਾਡੇ ਗਲਾਂ ਦੇ ਵਿੱਚ ਹਾਰ ਪਾ ਦਿਓ ਤੇ ਨਹੀਂ ਸਾਡੀਆਂ ਡਿੱਡ ਬਡੂਆਂ ਦੇ ਉੱਪਰ ਹਾਰ ਪਾ ਦਿਓ। ਬਿਲਕੁਲ ਸਰ, ਜੇਕਰ ਐਮ ਐਸ ਪੀ ਦਾ ਮੁੱਦਾ ਹੱਲ ਹੁੰਦਾ ਤੁਹਾਡੇ ਸਾਡੇ ਚੈਨਲ ਦੇ ਜ਼ਰੀਏ, ਅਸੀਂ ਦੱਸਣਾ ਚਾਹੁੰਦੇ ਆ ਕਿ ਸਿਰਫ ਅੱਜ ਤੱਕ ਪੰਜਾਬ ਤੇ ਹਰਿਆਣਾ ਆਪਾਂ, ਕਿਉਂਕਿ ਵੈਸੇ ਵੀ ਇੱਥੋਂ ਤੱਕ ਕਿ ਖੁਦ ਖੇਤੀ ਮੰਤਰੀ ਜਦੋਂ ਸੀਗਾ ਇਹ ਆਪਣੇ ਪਵਾਰ ਸੀਗੇ ਜਿਹੜੇ ਹੁਣ ਮਹਾਰਾਸ਼ਟਰ ਦੇ, ਉਹ ਕਹਿੰਦੇ ਵੀ 6% ਤੋਂ ਵੱਧ ਲੋਕਾਂ ਨੂੰ, ਅਸਲ 94% ਬੰਦਿਆਂ ਨੂੰ ਪਤਾ ਨੀ ਐਮ ਐਸ ਪੀ ਕੀ ਹੁੰਦਾ। ਜਿਸ ਤਰ੍ਹਾਂ ਦੇ ਹਾਲਾਤ ਆ ਵਿਚਾਰੇ ਬਿਹਾਰ ਵਾਲਿਆਂ ਦੇ, ਯੂਪੀ ਵਾਲਿਆਂ ਦੇ, ਇੱਥੋਂ ਤੱਕ ਅਸੀਂ ਕਵਰੇਜ ਕਰਦੇ ਆ, ਕਈ ਬੰਦੇ ਰੋ ਪੈਂਦੇ ਆ ਜੇ ਅਸੀਂ ਦੂਜੇ ਰਾਜਾਂ ਦੇ ਵਿੱਚ ਦਿਹਾੜੀ ਨਾ ਕਰਕੇ ਤਾਂ ਸਾਡੀਆਂ ਧੀਆਂ ਦੇ ਜਿਹੜੇ ਹੈਗੇ ਆ ਡੋਲੇ ਉੱਠਣੇ ਬੜੇ ਮੁਸ਼ਕਲ ਆ। ਤਾਂ ਮੈਂ ਕਹਿ ਸਕਦਾ ਤੁਸੀਂ ਉਹਨਾਂ ਸਾਰਿਆਂ ਦੀ ਲੜਾਈ ਲੜ ਰਹੇ ਹੋ, ਤਾਂ ਤੁਹਾਨੂੰ ਸਾਡੀਆਂ ਸ਼ੁਭ ਕਾਮਨਾ। ਤੁਸੀਂ ਇੱਕ ਸੰਦੇਸ਼ ਜਿਹੜਾ ਹੈਗਾ ਪੂਰੇ ਭਾਰਤ ਦੇ ਲੋਕਾਂ ਨੂੰ ਕੀ ਦੇਣਾ ਚਾਹੁੰਦੇ ਹੋ? ਅਸੀਂ ਦੇਖੋ ਭਾਰਤ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਅੰਦੋਲਨ ਹੈ ਇਹਨੂੰ ਛੋਟਾ ਨਾ ਸਮਝਿਆ ਜਾਵੇ। ਇੱਕ ਇਹ ਬਹੁਤ ਵੱਡੀ ਲਹਿਰ ਆ ਤੇ ਉਸ ਲਹਿਰ ਨੂੰ ਸਮਝ ਕੇ ਹਰ ਪਰਿਵਾਰ ਨੂੰ, ਹਰ ਵਿਅਕਤੀ ਨੂੰ ਜਿਹੜਾ ਖੇਤੀ ਨਾਲ ਜੁੜਿਆ ਹੋਇਆ, ਖਾਸ ਕਰਕੇ ਕਾਰਪੋਰੇਟ ਘਰਾਣਾ ਨੂੰ ਪਾਸੇ ਛੱਡੋ, ਗੋਲੀ ਮਾਰੋ ਉਹਨਾਂ ਨੂੰ ਜਿਹੜੇ ਖੇਤੀ ਨਾਲ ਜੁੜੇ ਹੋਏ ਆ। ਦੋ ਜਮਾਤਾਂ ਦੀ ਲੜਾਈ, ਇੱਕ ਕਾਰਪੋਰੇਟ ਘਰਾਣੇ ਇੱਕ ਪਾਸੇ, ਦੂਜੇ ਪਾਸੇ ਗਰੀਬ ਜਨਤਾ, ਆਮ ਕਿਸਾਨੀ ਹੈ, ਛੋਟੀ ਕਿਸਾਨੀ ਹੈ, ਉਹਨੂੰ ਇਹ ਸਮਝ ਕੇ ਕਿ ਲੜਾਈ ਦੋ ਜਮਾਤਾਂ ਦੀ ਹੈ, ਇੱਕ ਜਮਾਤ ਨੇ ਹਾਰਨਾ, ਇੱਕ ਜਮਾਤ ਨੇ ਜਿੱਤਣਾ ਤੇ ਹਰ ਇੱਕ ਨੂੰ ਆਪਦਾ ਬਣਦਾ ਯੋਗਦਾਨ ਇਹਦੇ ਵਿੱਚ ਪਾਉਣਾ ਚਾਹੀਦਾ ਤੇ ਅਸੀਂ ਭਰੋਸਾ ਦਵਾਉਂਦੇ ਹਾਂ ਘੱਟੋ ਘੱਟ ਕਿ ਸਾਥੋਂ ਇਹ ਉਮੀਦ ਨਾ ਰੱਖੀ ਜਾਵੇ ਕਿ ਅਸੀਂ ਬਕਾਊ ਮਾਲ ਹਾਂ, ਅਸੀਂ ਝੁਕ ਜਾਵਾਂਗੇ, ਅਸੀਂ ਡਰ ਜਾਵਾਂਗੇ, ਇਹ ਬਿਲਕੁਲ ਸਾਥੋਂ ਉਮੀਦ ਨਹੀਂ ਕਰਨੀ ਚਾਹੀਦੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਧੰਨਵਾਦ।